ਤੇ ਇਹ ਬਹੁਤ ਵਧੀਆ ਸੇਵਾ ਕਰ ਰਹੇ ਨੇ ਆਪਣੇ ਏਰੀਏ ਦੇ ਵਿੱਚ ਨਾਭਾ ਬਲਾਕ ਨੂੰ। ਤੇ ਸਰ ਸਾਡਾ ਸਵਾਲ ਇਹ ਹੈ ਕਿ ਜਿਵੇਂ ਸਬਸਿਡੀ ਦੀ ਮੈਂ ਪਹਿਲਾਂ ਵੀ ਗੱਲ ਕਰੀ ਸੀ ਆਪਣੇ ਵੇਅਰ ਹਾਊਸ ਵਾਲੇ ਜਿਹੜੇ ਵੀਰ ਬੈਠੇ ਸਨ, ਅਸੀਂ ਤੁਹਾਡੇ ਮਾਧਿਅਮ ਰਾਹੀਂ ਡੀਸੀ ਸਾਹਿਬਾਨ ਜਿਹੜੇ ਪਟਿਆਲਾ ਨੇ, ਸਰਕਾਰ ਹੈ, ਪੰਜਾਬ ਸਰਕਾਰ, ਸੈਂਟਰ ਸਰਕਾਰ ਹੈ, ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ। ਜਿਹੜੀ ਸਬਸਿਡੀ ਦੀ ਰਕਮ ਹੈ ਉਹ ਸਿੱਧਾ ਕਿਸਾਨ ਦੇ ਜੇ ਫਾਰਮ ਦੇ ਬੇਸ ਦੇ ਉੱਪਰ ਆਉਣੀ ਚਾਹੀਦੀ ਹੈ ਡਾਇਰੈਕਟ, ਜਿਸ ਨੇ ਸੰਦ ਖਰੀਦਿਆ, ਚਾਹੇ ਉਹਨਾਂ ਨੇ 10 ਵੀਰਾਂ ਨੇ ਮਿਲ ਕੇ ਖਰੀਦਿਆ, ਜੇ ਫਾਰਮ ਦੇ ਉੱਪਰ ਡਾਇਰੈਕਟ ਆਉਣੀ ਚਾਹੀਦੀ ਹੈ। ਕਿਉਂਕਿ ਜਿਹੜਾ ਤਰੀਕਾ ਹੁਣ ਅਪਣਾਇਆ ਜਾ ਰਿਹਾ ਸਬਸਿਡੀ ਦਾ, ਉਹਦੇ ਵਿੱਚ ਸਿਰਫ ਕੁਛ ਫਰਮਾਂ ਨੇ, ਤਿੰਨ ਚਾਰ ਫਰਮਾਂ ਨੂੰ ਫਾਇਦਾ ਮਿਲ ਰਿਹਾ ਉਸ ਸੰਦ ਤੋਂ, ਤੇ ਸਬਸਿਡੀ ਜਿਵੇਂ ਇਹਨਾਂ ਨੇ ਵੀਰਾਂ ਨੇ ਦੱਸਿਆ, ਸੰਦ ਦੀ ਉਨੀ ਕੀਮਤ ਵੀ ਨਹੀਂ ਹੈਗੀ ਜਿੰਨਾ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਇੱਕ ਘਪਲਾ ਹੈ। ਤਾਂ ਕਿ ਜਿਵੇਂ ਤੁਸੀਂ ਤੁਹਾਡੀ ਗੱਲ ਜਿਹੜੀ ਹੈ ਸਰਕਾਰ ਤੱਕ ਜਾਣੀ ਹੈ, ਤੁਸੀਂ ਉੱਥੇ ਸਾਡੀ ਗੱਲ ਰੱਖੋ, ਜਿਹੜੀ ਸਬਸਿਡੀ ਦੀ ਰਕਮ ਹੈ ਡਾਇਰੈਕਟ ਜੇ ਫਾਰਮ ਦੇ ਉੱਪਰ ਆਵੇ, ਕਿਸਾਨ ਆਪਣੇ ਮਨਪਸੰਦ ਦੇ ਆਪਣੇ ਮਿਸਤਰੀ ਤੋਂ, ਕਿਉਂਕਿ ਮਿਸਤਰੀ ਪਰੇ ਤੋਂ ਪਰੇ ਨੇ ਸਾਰੇ ਵੀਰਾਂ ਜਿਹੜੇ ਛੋਟੇ ਨੇ। ਜੇ ਇੱਕ ਪਾਸੇ ਸਰਕਾਰ ਕਹਿੰਦੀ ਅਸੀਂ ਰੁਜ਼ਗਾਰ ਹਰੇਕ ਬੰਦੇ ਨੂੰ ਦੇਣਾ ਚਾਹੁੰਦੇ ਹਾਂ, ਤਾਂ ਫਿਰ ਉਹਨਾਂ ਛੋਟੇ ਕਾਰੀਗਰਾਂ ਦਾ ਵੀ ਧਿਆਨ ਰੱਖਿਆ ਜਾਵੇ, ਕਿਸਾਨਾਂ ਦਾ ਵੀ ਰੱਖਿਆ ਜਾਵੇ ਆਪਣੀ। ਕਿਉਂਕਿ ਜਿਵੇਂ ਵੀਰਾਂ ਨੇ ਦੱਸ ਦਿੱਤਾ, 50,000 ਰੁਪਏ ਦਾ SMS ਹੈ ਜਿਹੜਾ 1,20,000 ਰੁਪਏ ਤੱਕ ਜਾ ਰਿਹਾ, ਉਹ ਤਾਂ ਉਲਟਾ 60,000 ਰੁਪਇਆ ਜਾ ਰਿਹਾ ਜੀ ਕਿਸਾਨ ਤੋਂ, 10,000 ਹੋਰ ਕਿਸਾਨ ਤੋਂ ਲੈ ਕੇ ਜਾ ਰਹੇ ਨੇ ਵਾਪਸ। ਤੇ ਦੂਜੀ ਸਰ ਇੱਕ ਹੋਰ ਬੇਨਤੀ ਹੈ ਤੁਹਾਨੂੰ, ਜਿੰਨੀਆਂ ਵੀ ਕੀਟਨਾਸ਼ਕ ਦਵਾਈਆਂ ਨੇ, ਜਿੱਥੇ ਆਪਾਂ ਪੰਜਾਬੀ ਮਾਂ ਬੋਲੀ ਦਾ ਇੰਨੇ ਵੱਡੇ ਪੱਧਰ ਤੇ ਪ੍ਰਚਾਰ ਕਰਦੇ ਹਾਂ ਵੀ ਆਪਣੀ ਮਾਂ ਬੋਲੀ ਨਹੀਂ ਭੁੱਲਣੀ ਚਾਹੀਦੀ, ਜਿੰਨੇ ਵੀ ਕੰਟੇਨਰ ਨੇ ਦਵਾਈਆਂ ਦੇ ਕਿਸੇ ਵੀ ਕੰਪਨੀ ਦਾ, ਤਾਂ ਤੁਹਾਡੇ ਵੱਲੋਂ ਇਹ ਹਦਾਇਤ ਹੋਵੇ, ਚਾਹੇ ਸਰਕਾਰ ਨੂੰ ਇਹ ਬੇਨਤੀ ਹੋਵੇ ਵਿਭਾਗ ਨੂੰ, ਪੰਜਾਬੀ ਦੇ ਉੱਪਰ ਸਾਫ ਲਿਖਿਆ ਹੋਵੇ ਕਿ ਇਸ ਦੀ ਇੰਨੀ ਮਾਤਰਾ ਜਿਹੜੀ ਕਿਸਾਨ ਨੇ ਵਰਤਣੀ ਹੈ। ਕਿਉਂਕਿ ਅੱਜ ਜਿਹੜੇ ਸੀਰੀ ਨੌਕਰ ਨੇ ਉਹ ਵੀਰ ਭੈਣਾਂ ਵੀ ਸਾਡੇ ਪੜ੍ਹੇ ਲਿਖੇ ਨੇ, ਇੱਦਾਂ ਦੀ ਕੋਈ ਨਹੀਂ ਵੀ ਅਨਪੜ੍ਹੇ, ਪਰ ਜਿਹੜੀ ਅੰਗਰੇਜ਼ੀ ਦੇ ਉੱਪਰ ਜਿਹੜਾ ਮੈਟਰ ਦਿੱਤਾ ਹੁੰਦਾ, ਉਹ ਤਾਂ ਲਗਭਗ 90% ਕਿਸਾਨਾਂ ਨੂੰ ਤਾਂ ਪਤਾ ਨਹੀਂ ਹੁੰਦਾ ਇਹ ਕਿਵੇਂ ਪਾਉਣੀ ਹੈ। ਤੇ ਜੇ ਇੱਕ ਦਵਾਈ ਜਿਹੜੀ ਮੰਨ ਲਓ ਆਪਾਂ ਫੇਮ ਦਵਾਈ ਹੈ, ਉਸ ਦੀਆਂ 3 ਬੂੰਦਾਂ ਵੀ ਇੱਕ ਪੰਪ ਦੇ ਵਿੱਚ ਵੱਧ ਕਿਸਾਨ ਪਾ ਰਿਹਾ, ਤਾਂ ਘੱਟੋ ਘੱਟ 30-40 ਰੁਪਏ ਜਾ ਰਹੇ ਨੇ ਜੀ ਸਿਰਫ ਬੂੰਦਾਂ ਦੇ ਪਿੱਛੇ। ਤੇ ਇਹ ਸੋਚਿਆ ਜਾਵੇ ਕਿ ਕਿੰਨੇ ਵੱਡੇ ਪੱਧਰ ਦੇ ਉੱਪਰ, ਇੱਕ ਪਾਸੇ ਅਸੀਂ ਕੀਟਨਾਸ਼ਕ ਦਵਾਈਆਂ, ਇੱਕ ਪਾਸੇ ਧੂੰਏ ਦਾ ਆਪਾਂ ਕੰਟਰੋਲ ਕਰ ਰਹੇ ਹਾਂਗੇ, ਇੱਕ ਜਿਸ ਤਰ੍ਹਾਂ ਆ ਰਿਹਾ, ਪਰ ਇਹ ਸਹੀ ਤਰੀਕੇ ਨਾਲ ਇੱਕ ਹੋਣਾ ਵੀ ਚਾਹੀਦਾ ਉਸਦਾ ਵੀ ਜਿਹੜਾ, ਕਿਉਂਕਿ ਤੁਸੀਂ ਇਹ ਕਰਵਾ ਸਕਦੇ ਹੋ। ਪੰਜਾਬੀ ਦੇ ਵਿੱਚ ਲਿਖਿਆ ਹੋਊਗਾ ਬੇਸ਼ੱਕ ਲਿਖਣ, ਇੰਗਲਿਸ਼ ਵੀ ਜ਼ਰੂਰੀ ਹੈ, ਆਪਾਂ ਜਦੋਂ ਅੰਤਰਰਾਸ਼ਟਰੀ ਪੱਧਰ 'ਤੇ ਇੰਨੀਆਂ ਮੱਲਾਂ ਮਾਰ ਰਹੇ ਨੇ ਸਾਡੇ ਪੰਜਾਬ ਵਾਸੀ ਜਿਹੜੇ ਨੇ, ਤਾਂ ਉਹ ਨਾਲ ਇਹ ਵੀ ਹੋਣਾ ਚਾਹੀਦਾ ਪੰਜਾਬੀ ਮਾਂ ਬੋਲੀ ਦੇ ਵਿੱਚ ਵੀ ਉਹ ਹੋਣਾ ਹੀ ਚਾਹੀਦਾ, ਅਤੇ ਹੋਣਾ ਵੀ ਸਪਸ਼ਟ ਚਾਹੀਦਾ ਕਿ ਇੰਨੀ ਇੰਨੀ ਡੋਜ਼ ਹੈ ਪਰ ਹੈਕਟੇਅਰ ਦੀ, ਨਾਲ ਉਹਦੇ ਏਕੜ ਦੀ ਵੀ ਆਉਣੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ ਸਰ। ਉਹਨਾਂ ਦਾ ਰੇਟ ਵੀ ਸਹੀ ਨਿਰਧਾਰਿਤ ਹੋਣੇ ਚਾਹੀਦੇ ਨੇ। ਜਿੰਨੇ ਇਹ ਆਪਾਂ ਕਹਿੰਦੇ ਹਾਂ ਨਾ ਪ੍ਰਿੰਟਿੰਗ ਦੇ ਜਿਹੜੇ ਲੀਫਲੈਟ ਵੀ ਨਾਲ ਆਉਂਦੇ ਨੇ, ਉੱਤੇ ਵੀ ਨਾਲ ਪੇਸਟਡ ਹੁੰਦੇ ਨੇ, ਕਈ ਨਾਲ ਲੀਫਲੈਟ ਵੀ ਆਉਂਦੇ ਨੇ, ਉਹਦੇ ਵਿੱਚ ਕਦੇ ਡੋਜਸ ਮਿਕਸ ਨਹੀਂ, ਪ੍ਰਿੰਟ ਨਹੀਂ ਹੁੰਦੀਆਂ ਕਿਸੇ ਵੀ ਦਵਾਈ ਦੀਆਂ, ਉਹਦੇ ਵਿੱਚ ਉਹਦੀ ਉਹਦੀ ਜਿਹੜੀ ਇਹ ਲਿਖੀ ਜਾਂਦੀ ਹੈਗੀ ਆ ਕਿ ਇਹ ਦਵਾਈ ਕਿਹੜੀ ਹੈ, ਇਹਦਾ ਟੈਕਨੀਕਲ ਕੀ ਹੈ, ਅਤੇ ਕਿਸੇ ਦੇ ਉੱਤੇ ਹੋ ਸਕਦਾ ਪਰ ਨਹੀਂ ਤਾਂ ਮੈਂ ਤਾਂ ਕਿਸੇ 'ਤੇ ਦੇਖਿਆ ਨਹੀਂ ਗਾ ਵੀ ਸਪੈਸੀਫਿਕਲੀ ਉਹਨਾਂ ਨੇ ਇਹ ਵੀ ਲਿਖਿਆ ਵੀ ਇਹ ਕਿਹੜੀ ਫਸਲ ਖਾਤਰ, ਕਿਉਂਕਿ ਹਰ ਫਸਲ ਖਾਤਰ ਹਰ ਦਵਾਈ ਦੀ ਡੋਜ਼ ਡਿਫਰੈਂਟ ਹੋ ਜਾਣੀ ਹੈ, ਹਰ ਸਟੇਜ ਫਸਲ ਦੀ ਹਰ ਸਟੇਜ ਖਾਤਰ ਡੋਜ਼ ਦੀ ਡੋਜ਼ ਡਿਫਰੈਂਟ ਹੋ ਜਾਣੀ ਹੈ। ਪਰ ਸਰ ਤਾਂ ਹੀ ਤੁਹਾਨੂੰ ਬੇਨਤੀ ਕਰੀ ਹੈ ਨਾ। ਹਾਂਜੀ ਹਾਂਜੀ ਮੈਂ ਉਹੀ ਤੁਹਾਨੂੰ ਦੱਸਣ ਲੱਗਿਆ, ਕਿਉਂਕਿ ਇਹ ਜਿਹੜੀ ਰੈਕਮੈਂਡੇਸ਼ਨਸ ਨੇ, ਰੈਕਮੈਂਡੇਸ਼ਨ ਆਫ ਯੂਜ਼ ਹੈ ਜਿਹੜੀ, ਇਹਨੂੰ ਆਪਾਂ POP ਕਹਿੰਦੇ ਹੈਗੇ ਹਾਂ, ਇਹ ਯੂਨੀਵਰਸਿਟੀ ਵੱਲੋਂ ਤੈਅ ਕਰਕੇ ਯੂਨੀਵਰਸਿਟੀ ਵੱਲੋਂ ਜਿਹੜੀਆਂ ਕਿਤਾਬਾਂ ਛਪੀਆਂ ਉਹਦੇ ਵਿੱਚ ਦਿੱਤੀ ਜਾਂਦੀ ਹੈ, ਨਾ ਕਿ ਦਵਾਈ ਦੇ ਕੰਟੇਨਰ ਦੇ ਉੱਪਰ। ਅਤੇ ਦਵਾਈ ਦੇ ਕੰਟੇਨਰ ਜਿੱਥੋਂ ਤੱਕ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਲੈਂਗੁਏਜ ਹੋਣੀ ਚਾਹੀਦੀ ਹੈ, ਲੈਂਗੁਏਜ ਦੀ ਮੰਗ ਆਪਾਂ ਜ਼ਰੂਰ ਕਰ ਸਕਦੇ ਹਾਂ, ਜਿਹੜੀ ਲੈਂਗੁਏਜ ਦੀ ਮੰਗ ਹੈ ਨਾ ਉਹ ਜ਼ਰੂਰ ਹੋ ਸਕਦੀ ਹੈ ਕਿ ਵੀ ਪੰਜਾਬੀ ਵਿੱਚ ਉਹਦਾ ਜਿਹੜਾ ਹੈਗਾ ਜੋ ਵੀ ਲਿਟਰੇਚਰ ਹੈਗਾ ਜਿਹਨਾਂ ਵਿੱਚੋਂ ਵੱਟ ਐਵਰ ਕੀ ਰਿਕੁਆਇਰਡ ਹੈਗਾ, ਜੋ ਜੋ ਬਾਕੀ ਅੰਗਰੇਜ਼ੀ 'ਚ ਲਿਖ ਰਹੇ ਨੇ ਉਹਨੂੰ ਪੰਜਾਬੀ 'ਚ ਲਿਖ ਦੇਣ, ਨਾਲ ਉਹਦਾ ਇੱਕ ਮਤਲਬ ਉਹ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ, ਇਹ ਆਪਾਂ ਜ਼ਰੂਰ ਜਿਹੜੀ ਹੈ ਉੱਥੇ ਉਹਦੇ ਉਹਦੇ ਬਾਰੇ ਭੇਜ ਸਕਦੇ ਹਾਂ। ਹਾਂਜੀ, ਕਿਉਂਕਿ ਇਸ ਦੇ ਨਾਲ ਨਾ ਇੱਕ